ਸਿੱਖਾਂ ਸੁਣਨ ਨਾਲ ਇੱਧਰ ਗੁਰੂ ਘਰ ਆਈ ਅਤੇ ਪਾਸ ਕਰਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਆ ਵੀ ਮਾੜੇ ਤਾਂ ਮੋਹਰੇ ਗੁਰਦੁਆਰਾ ਸਾਹਿਬ ਆ, ਤੁਸੀਂ ਆ ਕੀ ਕਰਨ ਨੇ, ਮੋਹਰੇ ਠੇਕਾ ਖੋਲਿਆ ਇੱਧਰ ਇੰਨੀ ਜਗ੍ਹਾ, ਇੱਧਰ ਖੋਲ ਲਓ ਠੇਕਾ, ਹੈ ਨਾ, ਠੇਕਾ ਜ਼ਰੂਰੀ ਥੋੜ੍ਹੀ ਆ, ਮਹਾਰਾਜ ਜੀ ਦੇ ਪਵਿੱਤਰ ਬਾਣੀ ਚੱਲਦੀ ਸਾਰਾ ਕੁਝ ਚੱਲਦਾ ਆ। ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਸ਼ਰਾਬ ਦਾ ਠੇਕਾ ਖੁੱਲਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਲੋਕਾਂ ਦੇ ਵੱਲੋਂ ਅਤੇ ਸਿੱਖ ਸੰਗਤ ਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਫਿਰ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਤੇ ਇਸ ਠੇਕੇ ਨੂੰ ਬੰਦ ਕਰਵਾਇਆ ਜਾਂਦਾ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਇਹ ਠੇਕਾ ਕਾਫੀ ਵਿਵਾਦਾਂ ਦੇ ਵਿੱਚ ਸੀ ਜਿਸ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਤਾਂ ਪਹਿਲਾਂ ਇਹਨਾਂ ਨੂੰ ਬੰਦ ਕਰਨ ਦੇ ਲਈ ਬੇਨਤੀ ਕੀਤੀ ਸੀ ਤਾਂ ਜਦੋਂ ਇਹਨਾਂ ਦੇ ਵੱਲੋਂ ਬੇਨਤੀ ਨਹੀਂ ਪ੍ਰਵਾਨ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਬੁਲਾਏ ਜਾਂਦੇ ਨੇ ਤੇ ਫਿਰ ਇਸ ਠੇਕੇ ਨੂੰ ਬੰਦ ਕਰਵਾਇਆ ਜਾਂਦਾ ਹੈ। ਤਾਂ ਵੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ ਹੀ ਗੁਰੂ ਘਰ ਹੈ ਤੇ ਉਸੇ ਜਗ੍ਹਾ ਤੇ ਸ਼ਰਾਬ ਦਾ ਠੇਕਾ ਖੁੱਲਿਆ। ਤਾਂ ਜਦੋਂ ਹੁਣ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚਦੇ ਨੇ ਤੇ ਫਿਰ ਠੇਕੇ ਨੂੰ ਬੰਦ ਕਰਵਾਇਆ ਜਾਂਦਾ ਹੈ। ਤਾਂ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਸਰਕਾਰ ਠੇਕਿਆਂ ਨੂੰ ਦੇਖ ਕੇ ਪ੍ਰਵਾਨਗੀ ਦੇਵੇ ਜਿੱਥੇ ਕਿ ਕੋਈ ਵੀ ਧਾਰਮਿਕ ਸਥਾਨ ਨਜ਼ਦੀਕ ਨਾ ਹੋਵੇ ਤਾਂ ਇਸ ਦੇ ਨਾਲ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਨਹੀਂ ਪਹੁੰਚਣੀ ਚਾਹੀਦੀ। ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਸ਼ਰਾਬ ਦਾ ਠੇਕਾ ਖੁੱਲਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਲੋਕਾਂ ਦੇ ਵੱਲੋਂ ਅਤੇ ਸਿੱਖ ਸੰਗਤ ਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਫਿਰ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਤੇ ਇਸ ਠੇਕੇ ਨੂੰ ਬੰਦ ਕਰਵਾਇਆ ਜਾਂਦਾ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਇਹ ਠੇਕਾ ਕਾਫੀ ਵਿਵਾਦਾਂ ਦੇ ਵਿੱਚ ਸੀ ਜਿਸ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਤਾਂ ਪਹਿਲਾਂ ਇਹਨਾਂ ਨੂੰ ਬੰਦ ਕਰਨ ਦੇ ਲਈ ਬੇਨਤੀ ਕੀਤੀ ਸੀ ਤਾਂ ਜਦੋਂ ਇਹਨਾਂ ਦੇ ਵੱਲੋਂ ਬੇਨਤੀ ਨਹੀਂ ਪ੍ਰਵਾਨ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਬੁਲਾਏ ਜਾਂਦੇ ਨੇ ਤੇ ਫਿਰ ਇਸ ਠੇਕੇ ਨੂੰ ਬੰਦ ਕਰਵਾਇਆ ਜਾਂਦਾ ਹੈ। ਤਾਂ ਵੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ ਹੀ ਗੁਰੂ ਘਰ ਹੈ ਤੇ ਉਸੇ ਜਗ੍ਹਾ ਤੇ ਸ਼ਰਾਬ ਦਾ ਠੇਕਾ ਖੁੱਲਿਆ। ਤਾਂ ਜਦੋਂ ਹੁਣ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚਦੇ ਨੇ ਤੇ ਫਿਰ ਠੇਕੇ ਨੂੰ ਬੰਦ ਕਰਵਾਇਆ ਜਾਂਦਾ ਹੈ। ਤਾਂ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਸਰਕਾਰ ਠੇਕਿਆਂ ਨੂੰ ਦੇਖ ਕੇ ਪ੍ਰਵਾਨਗੀ ਦੇਵੇ ਜਿੱਥੇ ਕਿ ਕੋਈ ਵੀ ਧਾਰਮਿਕ ਸਥਾਨ ਨਜ਼ਦੀਕ ਨਾ ਹੋਵੇ ਤਾਂ ਇਸ ਦੇ ਨਾਲ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਨਹੀਂ ਪਹੁੰਚਣੀ ਚਾਹੀਦੀ। ਮੇਰਾ ਨਾਮ ਮਨੀਸ਼ ਕੋਲਧਾਰ, ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ। ਅੱਜ ਚਪਹਿਰਾ ਸਾਹਿਬ ਦੀ ਬਾਣੀ ਜਿੱਦਾਂ ਬੜੀ ਪਵਿੱਤਰ ਬਾਣੀ ਆ, ਸੰਗਤ ਆਉਂਦੀ ਆ ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਸੰਗਤ ਆਉਂਦੀ ਆ, ਸ਼ਰਧਾ ਭਾਵਨਾ ਦੇ ਨਾਲ ਦੂਰੋਂ ਦੂਰੋਂ ਆਉਂਦੇ ਆ ਸਾਰੀ। ਬਿਲਕੁਲ ਗੁਰਦੁਆਰਾ ਸਾਹਿਬ ਦੇ ਕੋਲ ਤਕਰੀਬਨ 40-60 ਫੁੱਟ ਦੀ ਮੀਟਰ 50-60 ਮੀਟਰ ਦੇ ਏਰੀਏ ਦੇ ਵਿੱਚ ਨਾ ਠੇਕਾ ਖੁੱਲ੍ਹਾ ਹੋਇਆ। ਉਹਦੇ ਬਾਹਰ ਲੋਕ ਸ਼ਰਾਬ ਲੈਂਦੇ ਆ, ਸ਼ਰੇਆਮ ਹੀ ਬਹਿ ਕੇ ਪੀਣ ਡੇ ਆ। ਅਸੀਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਇਹ ਠੇਕਾ ਬੰਦ ਕਰੋ ਐਤਵਾਰ ਦੇ ਦਿਨ, ਵੀ ਇਹ ਚੀਜ਼ ਆਪਾਂ ਨੂੰ ਚੰਗੀ ਨਹੀਂ ਲੱਗਦੀ, ਤੁਸੀਂ ਸਾਡੇ ਗੁਰੂ ਘਰਾਂ ਦੇ ਕੋਲ ਠੇਕੇ ਖੋਲ੍ਹੇ ਹੋਏ ਆ, ਵੀ ਇਹ ਚੀਜ਼ ਸਹੀ ਨਹੀਂ ਆ। ਉਹ ਕਹਿੰਦੇ ਅਸੀਂ ਬੰਦ ਨਹੀਂ ਕਰਨਾ, 40 ਸਾਲ ਤੋਂ ਸਾਨੂੰ ਇਹ ਪਰਮਿਸ਼ਨ ਦਿੱਤੀ ਆ ਸਰਕਾਰਾਂ ਨੇ ਠੇਕਾ ਚਲਾਉਣ ਦੀ, ਵੀ ਇਹ ਕਿਹੜਾ ਅੱਜ ਦਾ ਖੁੱਲ੍ਹਿਆ ਜਿਹੜਾ ਅਸੀਂ ਬੰਦ ਕਰ ਦਈਏ। ਪਰ ਅਸੀਂ ਕਿਹਾ ਵੀ ਜੇ 40 ਸਾਲ ਤੋਂ ਉਹਨਾਂ ਨੇ ਪਰਮਿਸ਼ਨ ਦਿੱਤੀ, ਤੁਸੀਂ ਇਨਸਾਨੀਅਤ ਨਾਤੇ ਹੀ ਬੰਦ ਕਰ ਦਿਓ, ਵੀ ਅੱਜ ਦਾ ਦਿਨ ਤਾਂ ਛੱਡੋ ਐਤਵਾਰ ਦਾ, ਬਾਕੀ ਗੱਲ ਕਰਾਂਗੇ। ਉਹ ਕਹਿੰਦੇ ਤੁਸੀਂ ਲਿਖ ਕੇ ਦਿਓ ਜੀ, ਉੱਪਰ DC ਮੈਡਮ ਨੂੰ ਦਿਓ ਲਿਖ ਕੇ, ਤਾਂ ਉਹ ਸਾਨੂੰ ਪਰਮਿਸ਼ਨ ਦੇਣਗੇ, ਫਿਰ ਠੇਕੇ ਬੰਦ ਕਰਾਂਗੇ। ਇੱਦਾਂ ਠੇਕੇ ਨਹੀਂ ਬੰਦ ਹੁੰਦੇ, ਤੁਹਾਡੇ ਤੇਰੇ ਮੇਰੇ ਕਹਿਣ 'ਤੇ ਠੇਕੇ ਨਹੀਂ ਬੰਦ ਹੁੰਦੇ। ਫਿਰ ਆਪਾਂ ਉੱਥੇ ਪ੍ਰਸ਼ਾਸਨ ਨੂੰ ਸੱਦਿਆ, ਪ੍ਰਸ਼ਾਸਨ ਦੀ ਹਜ਼ੂਰੀ ਦੇ ਵਿੱਚ ਕੋਈ ਕੁੱਟਮਾਰ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਨੁਕਸਾਨ ਨਹੀਂ, ਆਪਾਂ ਨਿਮਰਤਾ ਸਹਿਤ ਠੇਕਾ ਬੰਦ ਕੀਤਾ ਜੀ। ਉਹਨਾਂ ਨੂੰ ਬੇਨਤੀ ਕੀਤੀ ਆ ਵੀ ਠੇਕਾ ਇਹ ਅੱਗੇ ਤੋਂ ਖੁੱਲ੍ਹਿਆ ਨਾ ਜਾਵੇ, ਐਤਵਾਰ ਦੇ ਦਿਨ ਤੁਸੀਂ ਇਹਨੂੰ ਬੰਦ ਰੱਖਣਾ ਵਾ, ਕਿਉਂਕਿ ਸਾਡੀ ਸਾਨੂੰ ਠੇਕੇ ਤੋਂ ਕੋਈ ਇਤਰਾਜ਼ ਨਹੀਂ, ਸਾਨੂੰ ਇਤਰਾਜ਼ ਆ ਇਹਨਾਂ ਦੀ ਜਗ੍ਹਾ ਤੋਂ, ਸਾਡੇ ਗੁਰੂ ਘਰਾਂ ਦੇ ਕੋਲ ਇਹਨਾਂ ਨੇ ਠੇਕੇ ਖੋਲ੍ਹੇ ਹੋਏ ਆ, ਜੇ ਖੋਲ੍ਹਣੇ ਆ ਤਾਂ ਪਰਾਂ ਨੂੰ ਚੱਲਣ, 300 ਮੀਟਰ ਤੋਂ ਦੂਰ ਚੱਲਣ, ਠੀਕ ਆ ਜੀ, ਉੱਥੇ ਜਾ ਕੇ ਠੇਕੇ 1-2 ਖੋਲ੍ਹਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡੀ ਬਸ ਇਹੀ ਪ੍ਰਸ਼ਾਸਨ ਨੂੰ ਮੰਗ ਆ
ਵੀ ਇਹ ਠੇਕੇ ਨੂੰ ਇੱਥੋਂ ਚੱਕ ਕੇ ਪਰੇ ਲੈ ਕੇ ਜਾਣ, ਨਹੀਂ ਤਾਂ ਫਿਰ ਨਹੀਂ ਕਰਨਗੇ ਤਾਂ ਫਿਰ ਆਪਾਂ ਇਹ ਠੇਕਾ ਨਹੀਂ ਚੱਲਣ ਦੇਣਾ, ਇਹਦੇ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਆਪਾਂ ਮਿੱਥ ਦੇਣਾ ਪੈ ਜਾਣਾ ਜੀ। ਠੀਕ ਹੈ ਜੀ, ਬਸ ਇਹ ਬੇਨਤੀ ਆ ਪ੍ਰਸ਼ਾਸਨ ਨੂੰ, ਇਹਨੂੰ ਸੀਰੀਅਸ ਲੈਣ, ਇੱਕ ਮੈਸੇਜ ਸਮਝ ਕੇ ਛੱਡਣਾ ਦੇਣ।